ਅਕਸਰ ਹੀ ਲੋਕ ਪੁਲਿਸ ਵਾਲਿਆਂ ਨੂੰ ਭੰਡਦੇ ਰਹਿੰਦੇ ਨੇ, ਪਰ ਇਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਵੀ ਪੁਲਿਸ ਵਾਲਿਆਂ ਦੀ ਥੋੜੀ ਜਿਹੀ ਤਾਰੀਫ ਤਾਂ ਜ਼ਰੂਰ ਕਰੋਗੇ, ਕਿਉਂਕਿ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਇੱਕ ਬਜ਼ੁਰਗ ਔਰਤ ਦਾ ਗੁੰਮਿਆ ਪਰਸ ਉਹਨਾਂ ਨੂੰ ਵਾਪਸ ਕਰਕੇ। ਜੀ ਹਾਂ, ਡਿਊਟੀ ਤੇ ਤੈਨਾਤ ਪਠਾਨਕੋਟ ਟ੍ਰੈਫਿਕ ਪੁਲਿਸ ਦੀ ਮਹਿਲਾ ਪੁਲਿਸ ਮੁਲਾਜ਼ਮ ਸੀਮਾ ਨੂੰ ਇੱਕ ਬਟੂਆ ਮਿਲਿਆ ਤੇ ਜਦੋਂ ਇਸ ਪਰਸ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਇਸਦੇ ਵਿੱਚ 6800 ਰੁਪਏ, ਗਹਿਣੇ ਤੇ ਹੋਰ ਦਸਤਾਵੇਜ਼ ਮਿਲੇ। ਦਸਤਾਵੇਜ਼ ਰਾਹੀਂ ਬਟੂਏ ਦੇ ਅਸਲ ਮਾਲਕ ਦਾ ਪਤਾ ਲਗਾਇਆ ਗਿਆ ਅਤੇ ਉਹਨਾਂ ਦੇ ਪਰਸ ਦੇ ਵਿੱਚ ਮੌਜੂਦ ਪੈਸੇ ਅਤੇ ਦਸਤਾਵੇਜ਼ ਅਸਲ ਮਾਲਕ ਨੂੰ ਵਾਪਸ ਕਰ ਦਿੱਤੇ ਗਏ, ਜਿਸ ਤੋਂ ਬਾਅਦ ਬਜ਼ੁਰਗ ਮਹਿਲਾ ਨੇ ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਅਸੀਂ ਮੈਂ ਬਾਜ਼ਾਰ ਆਈ ਸੀ ਕਰਿਆਨਾ ਲੈਣ, ਨਾ ਤੇ ਮੇਰਾ ਪਿੰਡ ਟੈਂਕੂ ਹੈਗਾ ਹਿਮਾਚਲ। ਕਿੱਦਾਂ ਡਿੱਗਿਆ? ਮੈਂ ਇੱਥੋਂ ਥੋੜ੍ਹਾ ਜਿਹਾ ਸਮਾਨ ਲਿਆ ਤੇ ਭੁਲੇਖੇ ਨਾਲ ਨਾ ਮੋਟਰਸਾਈਕਲ ਤੇ ਅੱਗੇ ਹੀ ਰਹਿ ਗਿਆ, ਉਹ ਅਸੀਂ ਤੁਰ ਪਏ, ਉਹ ਉੱਥੇ ਹੀ ਰਹਿ ਗਿਆ, ਪਤਾ ਨਹੀਂ ਜੱਪ ਜੁੱਪ ਲੱਗੇ ਡਿੱਗ ਪਿਆ। ਵਾਪਸ ਕਿਵੇਂ ਮਿਲਿਆ? ਵਾਪਸ ਮੈਨੂੰ ਪੁਲਿਸ ਵਾਲਿਆਂ ਨੇ ਦਿੱਤੋ, ਇਹਨਾਂ ਨੂੰ ਲੱਭ ਗਿਆ ਹੋਣਾ ਨਾ। ਸਮਾਨ ਪੂਰਾ? ਹਾਂਜੀ ਪੂਰਾ ਹੈਗਾ। ਕੀ ਕਹਿਣਾ ਚਾਹੋਗੇ? ਮੈਂ ਸ਼ੁਕਰੀਆ, ਬੜੀ ਮਿਹਰਬਾਨੀ। ਇਹ ਸਮਾਜ ਨੂੰ ਪਤਾ ਕਿ ਇਹਨਾਂ ਵਰਗਿਆਂ ਦਾ ਹੀ ਹੈ ਨਾ, ਮੇਰੇ ਹਸਬੈਂਡ ਵੀ ਇਹਨਾਂ ਵਰਗੇ ਨੌਕਰੀ ਕਰਦੇ ਸੀ, ਹਾਲੇ 5 ਸਾਲ ਨੌਕਰੀ ਹੈਗੀ ਸੀ ਉਹਨਾਂ ਦੀ। ਮੇਰੀ ਇੱਥੇ ਡਿਊਟੀ ਲੱਗੀ ਹੋਈ ਸੀ ਅਤੇ ਮੈਂ ਸਰ ਨੇ ਮੈਨੂੰ ਆ ਕੇ ਬੋਲਿਆ ਕਿ ਉਹ ਕਿਸੇ ਦਾ ਨਾ ਪਰਸ ਡਿੱਗ ਗਿਆ, ਅਤੇ ਮੈਂ ਪਰਸ ਇੱਥੇ ਲਿਆ ਕੇ ਅਤੇ ਉਹ ਵਿੱਚੋਂ ਕੰਟੈਕਟ ਨੰਬਰ ਡਾਇਰੀ 'ਚੋਂ ਕੱਢ ਕੇ ਅਤੇ ਉਹ ਮੈਡਮ ਨੂੰ ਫੋਨ ਕੀਤਾ ਅਤੇ ਉਹ ਮੈਡਮ ਮੇਰੇ ਕੋਲ ਉੱਥੋਂ ਪਰਸ ਲੈ ਗਈ ਹੈ। ਵਿੱਚ ਉਹਨਾਂ ਦੇ ਪੈਸੇ ਪੂਰੇ ਸੀ, 6800 ਰੁਪਿਆ, ਇੱਕ ਬ੍ਰੈਸਲੇਟ ਸੀ, ਅਤੇ ਉਹਨਾਂ ਨੂੰ ਮੈਂ ਉਹਨਾਂ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਪਰਸ ਫੜਾਇਆ, ਆਧਾਰ ਕਾਰਡ ਵੀ ਹੈਗਾ ਸੀ ਉਹਨਾਂ ਦੀ ਸਨੈਪ ਵਗੈਰਾ ਦਿਖ ਕੇ ਉਹਨਾਂ ਨੂੰ ਫਿਰ ਹਵਾਲੇ ਕੀਤਾ, ਅਤੇ ਬਾਕੀ ਉਹ ਬੜੇ ਖੁਸ਼ੀ ਖੁਸ਼ੀ ਚਲ ਗਏ ਆਪਣੇ ਘਰ। ਨਹੀਂ ਨਹੀਂ ਸਰ, ਸਾਡੇ ਇਹੋ ਜਿਹੀ ਹੈ ਨਹੀਂ, ਸਾਡੇ ਸਟਾਫ ਨੇ ਸਾਨੂੰ ਇਹੋ ਸਿਖਾਇਆ ਦਾ ਕਿ ਦੂਸਰਿਆਂ ਦੀ ਹੈਲਪ ਕਰੋ, ਅਤੇ ਅੱਗੇ ਵੀ ਹੁਣ ਵੀ ਕਰਦੇ ਹਾਂ ਅਤੇ ਅੱਗੇ ਵੀ ਕਰ ਦੇਵਾਂਗੇ ਸਰ। ਦੇਖੋ ਜੀ, ਸਾਡੇ ਕੋਲ ਇੱਕ ਲੇਡੀ ਕਾਂਸਟੇਬਲ ਆ, ਮੇਰੇ ਕੋਲ ਲੇਡੀਜ਼, ਉਹਦਾ ਨਾਂ ਹੈਗਾ ਸੀਮਾ ਦੀਦੀ, ਉਹ ਅੱਜ ਕਾਲੀ ਮਾਤਾ ਮੰਦਿਰ ਮੋੜ 'ਤੇ ਡਿਊਟੀ ਸੀਗੀ ਉਹਨਾਂ ਦੀ, ਅਤੇ ਕਿਸੇ ਦਾ ਕੋਈ ਅਣਜਾਣ ਵਿਅਕਤੀ ਦਾ ਕੋਈ ਪਰਸ ਮਿਲਿਆ ਉਹਨਾਂ ਨੂੰ, ਅਤੇ ਉਹ ਪਰਸ ਦੇ ਵਿੱਚ ਕਾਫੀ ਉਹਨਾਂ ਦੇ ਪੈਸੇ ਵੀ ਸੀਗੇ ਔਰ ਉਹਨਾਂ ਦੇ ਜੁਐਲਰੀ ਵੀ ਸੀਗੀ ਅਤੇ ਮੇਨ ਡਾਕੂਮੈਂਟ ਵੀ ਸੀਗੇ ਉਹਦੇ, ਅਤੇ ਉਹਦੇ ਵਿੱਚੋਂ ਇਹਨਾਂ ਨੇ ਕਾਰਡ ਦੇਖ ਕੇ ਅਤੇ ਕਾਰਡ ਤੋਂ ਫਿਰ ਉਹਦਾ ਨੰਬਰ ਡਾਇਲ ਕੀਤਾ ਅਤੇ ਉੱਤੋਂ ਉਹ ਲੇਡੀ ਦਾ ਜਿਹੜਾ ਕਨੈਕਟ ਹੋ ਗਿਆ, ਉਹ ਲੇਡੀਜ਼ ਵੀ ਆ ਕੇ ਆਪਣਾ ਪਰਸ ਵੀ ਲੈ ਗਏ, ਉਹ ਬਹੁਤ ਖੁਸ਼ ਹੋਏ ਨੇ ਇਸ ਗੱਲ ਤੋਂ ਵੀ ਮਤਲਬ ਸਾਡਾ ਜਿਹੜਾ ਸਮਾਨ ਵੀ ਪੂਰਾ ਮਿਲ ਗਿਆ, ਅਤੇ ਸਾਡੇ ਜਿਹੜੇ ਮੈਡਮ ਨੇ ਸੀਮਾ ਦੇ ਵੀ ਜਿਹਨਾਂ ਨੇ ਬਹੁਤ ਵਧੀਆ ਡਿਊਟੀ ਦੇ ਨਾਲ ਨਾਲ, ਦੇਖੋ ਜੀ ਇਹੋ ਜਿਹਾ ਬਹੁਤ ਘੱਟ ਮੁਲਾਜ਼ਮ ਹੁੰਦੇ ਨੇ ਜਿਹੜੇ ਕਿਸੇ ਦਾ ਕੋਈ ਸਮਾਨ ਜਿਹੜਾ ਵਾਪਸ ਕਰਦੇ ਆ, ਅਤੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ, ਅਤੇ ਜਿਹੜਾ ਇਹਨਾਂ ਨੇ ਉਹਨਾਂ ਦਾ ਸਮਾਨ ਜਿਹੜਾ ਸਾਰਾ ਵਾਪਸ ਕੀਤਾ ਜੀ। ਅੱਜ ਕਿਵੇਂ ਮਹਿਸੂਸ ਕਰਦੇ ਹੋ ਪੁਲਿਸ ਮੁਲਾਜ਼ਮ ਵੱਲੋਂ ਇੱਕ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਗਈ ਹੈ? ਬਹੁਤ ਵਧੀਆ ਸਰ ਜੀ, ਸਾਰੇ ਹੀ ਮੁਲਾਜ਼ਮ ਅੱਜ ਕੱਲ੍ਹ ਤਾਂ ਪਹਿਲੀ ਗੱਲ ਤਾਂ ਪਠਾਨਕੋਟ ਦੀ ਟ੍ਰੈਫਿਕ ਪੁਲਿਸ ਬਹੁਤ ਵਧੀਆ ਡਿਊਟੀ ਵੀ ਕਰ ਰਹੀ ਹੈ, ਅਤੇ ਇਹੋ ਜਿਹਾ ਜਿਹੜਾ ਕੋਈ ਸਮਾਜ ਸੇਵਾ ਦਾ ਕੰਮ ਆ ਉਹ ਵੀ ਬਹੁਤ ਵੱਧ ਚੜ੍ਹ ਕੇ ਕਰ ਰਹੀ ਹੈ ਸਰ।